ਪੱਤਰਕਾਰ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸ਼ੋਰਟ ਨੋਟਿਸ 'ਤੇ ਸਮਾਂ ਕੱਢ ਕੇ ਇੱਥੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ। ਜਿਹੜਾ ਇਸ਼ੂ ਹੈਗਾ, ਜਿਸ ਮੁੱਦੇ 'ਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ, ਉਹ ਇਹ ਹੈਗਾ ਕਿ ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਜੋ ਸਰਦਾਰ ਸਾਹਿਬ ਨੂੰ, ਇੱਕ ਸਿੱਖ ਨੂੰ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਭਾਈ ਆਪਕਾ ਤੁਹਾਡਾ ਨਾਮ ਕੀ ਹੈ, ਤਾਂ ਉਹਨਾਂ ਨੇ ਆਪਦਾ ਨਾਮ ਦੱਸਿਆ। ਉਹਨਾਂ ਨੇ ਕਿਹਾ ਕਿ ਕੱਲ੍ਹ ਨੂੰ ਤੁਹਾਨੂੰ ਪੱਗ ਬੰਨ੍ਹਣ ਵਾਸਤੇ ਜਾਂ ਕੜਾ ਪਾਉਣ ਵਾਸਤੇ ਹੋ ਸਕਦਾ ਕਿ ਹਿੰਦੁਸਤਾਨ ਦੀ ਸਰਕਾਰ ਤੋਂ ਤੁਹਾਨੂੰ ਇਜਾਜ਼ਤ ਲੈਣੀ ਪਵੇ। ਇਹਦਾ ਮਤਲਬ ਇਹ ਸੀਗਾ ਕਿ ਜਿਸ ਪ੍ਰਕਾਰ ਦੇ ਹਾਲਾਤ ਅੱਜ ਹਿੰਦੁਸਤਾਨ 'ਚ ਬੰਦੇ ਜਾ ਰਹੇ, ਅੱਜ ਤਾਂ ਕੇਵਲ ਮੁਸਲਮਾਨਾਂ ਭਰਾਵਾਂ 'ਤੇ ਹਮਲਾ ਹੈ ਜਾਂ ਮਿਨੋਰਿਟੀ, ਹੌਲੀ ਹੌਲੀ ਇਹਨਾਂ ਨੇ ਵੱਖ ਵੱਖ ਮਿਨੋਰਿਟੀਜ਼ 'ਤੇ ਹਮਲਾ ਹੋ ਸਕਦਾ, ਕਿਉਂਕਿ ਜਿਸ ਪ੍ਰਕਾਰ ਦੀ ਰਾਜਨੀਤੀ BJP ਕਰ ਰਹੀ ਹੈ, ਮੈਂ ਸਮਝਦਾ ਕਿ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਹੈ। ਇਹਨਾਂ ਚੁਣਾਵ ਦੇ ਦਰਮਿਆਨ ਤੁਸੀਂ ਆਪ ਦੇਖਿਆ ਹੋਣਾ, ਹਿੰਦੂ ਸਿੱਖ ਭਾਈਚਾਰੇ ਨੂੰ ਵੰਡਿਆ ਗਿਆ, ਦਲਿਤ ਭਰਾਵਾਂ ਨੂੰ ਅਲੱਗ ਵੰਡਿਆ ਗਿਆ, ਮੁਸਲਮਾਨ ਭਰਾਵਾਂ ਨੂੰ ਅਲੱਗ ਵੰਡਿਆ ਗਿਆ। ਕਾਂਗਰਸ ਪਾਰਟੀ ਇਹੋ ਜਿਹੀ ਸਿਆਸਤ ਦੀ ਨਾ ਤਾਂ ਹਾਮੀ ਕਾਂਗਰਸ ਨੇ ਕਦੇ ਭਰੀ ਹੈ ਅਤੇ ਨਾ ਭਰਦੀ ਹੈ। ਕਾਂਗਰਸ ਹਮੇਸ਼ਾ ਕਹਿੰਦੀ ਹੈ ਕਿ ਸਾਡੀ ਸੋਚ ਸੈਕੂਲਰ ਹੈ, ਅਸੀਂ ਹਿੰਦੂਆਂ ਦਾ, ਮੁਸਲਮਾਨਾਂ ਦਾ, ਸਿੱਖਾਂ ਦਾ, ਦਲਿਤ ਭਰਾਵਾਂ ਦਾ, OBCਾਂ ਦਾ, ਰਵਿਦਾਸੀਆਂ ਦਾ, ਵਾਲਮੀਕੀਆਂ ਦਾ, ਜਿੰਨੀਆਂ ਵੀ 36 ਬਰਾਦਰੀਆਂ ਹੈਗੀਆਂ, ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਅਤੇ ਉਹਨਾਂ ਦੇ ਧਰਮਾਂ ਦਾ ਵੀ ਸਨਮਾਨ ਕਰਦੇ ਹਾਂ, ਉਹਨਾਂ ਦੇ ਵੱਖ ਵੱਖ ਧਰਮਾਂ ਨੂੰ ਮੰਨਣ ਦੇ ਤਰੀਕਿਆਂ ਦਾ ਵੀ ਸਨਮਾਨ ਕਰਦੇ ਹਾਂ, ਉਹਨਾਂ ਦੀ ਆਸਥਾ ਦਾ ਵੀ ਸਨਮਾਨ ਕਰਦੇ ਹਾਂ, ਚਾਹੇ ਕਿਸੇ ਦੀ ਆਸਥਾ ਕਿਸੇ ਦੇ ਪ੍ਰਤੀ। ਇਸੇ ਕਰਕੇ ਤਾਂ ਰਾਹੁਲ ਗਾਂਧੀ ਜੀ ਨੇ ਸ਼ਿਵਜੀ ਮਹਾਰਾਜ ਜੀ ਦੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ ਗੁਰੂ ਨਾਨਕ ਦੇ ਜਿਹੜਾ ਸੁਨੇਹਾ ਸੀ, ਗੁਰੂ ਨਾਨਕ ਦੀ ਫੋਟੋ ਦਿਖਾ ਕੇ ਸੰਸਦ ਦੇ ਵਿੱਚ ਉਹ ਸੁਨੇਹੇ ਨੂੰ ਕੀਤਾ। ਗੁਰੂ ਨਾਨਕ ਕੀ ਚਾਹੁੰਦੇ ਸਨ, ਗੁਰੂ ਨਾਨਕ ਦੀ ਨਾਮਲੇਵਾ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸਨ, ਸ਼ਿਵਜੀ ਮਹਾਰਾਜ ਜੀ ਦੇ ਤ੍ਰਿਸ਼ੂਲ ਦਾ ਕੀ ਮਾਇਨੇ ਹੈਗਾ। ਸੋ ਮਾਣ ਸਨਮਾਨ ਦੇ ਨਾਲ ਸਾਰਾ ਜਿਹੜਾ ਸੰਸਦ ਦਾ ਭਾਸ਼ਣ, ਕਿ ਨਾ ਹਿੰਦੂ ਜਿਹੜਾ ਹੈਗਾ, ਤੁਸੀਂ ਯਾਦ ਹੋਣਾ ਉੱਥੇ ਸੰਸਦ 'ਚ ਕਿਹਾ ਕਿ ਜਿਹੜਾ ਹਿੰਦੂ ਹੈ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ, ਡਰੋ ਮਤ ਡਰਾਓ ਮਤ, ਕਹਿਣ ਦਾ ਮਤਲਬ ਜਿਹੜਾ ਕੋਈ ਵੀ ਧਰਮ ਹੈ, ਚਾਹੇ ਉਹ ਹਿੰਦੂ ਧਰਮ ਹੈ, ਚਾਹੇ ਉਹ ਸਿੱਖ ਧਰਮ ਹੈ, ਚਾਹੇ ਮੁਸਲਮਾਨ ਧਰਮ ਹੈ, ਚਾਹੇ ਕ੍ਰਿਸਚਨਸ ਹੈ, ਇਹ ਕਿਸੇ ਨੂੰ ਡਰਾਉਣ ਦੀ ਪ੍ਰੇਰਨਾ ਸਾਡਾ ਕੋਈ ਧਰਮ ਨਹੀਂ ਦਿੰਦਾ। ਇਹ ਇੱਥੇ ਵਖਰੇਵੇਂ ਪਾ ਦਿੱਤੇ ਗਏ BJP ਸਰਕਾਰ ਦੁਆਰਾ, ਕੇਵਲ ਵੋਟਾਂ ਦੀ ਰਾਜਨੀਤੀ ਵਾਸਤੇ। ਇਸ ਕਰਕੇ ਇਹ ਸਾਰਾ ਜਿਹੜਾ ਅਡੰਬਰ ਰਚਿਆ ਗਿਆ, ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਜਿਹੜੀ ਬੇਅਦਬੀ ਕੀਤੀ ਗਈ ਹਿੰਦੂ ਧਰਮ ਦੀ, ਉਹ BJP ਨੇ ਕੀਤੀ। ਰਾਮ ਜੀ ਦੇ ਜਿਹੜੇ ਝੰਡੇ ਲਾਏ ਗਏ ਜਗ੍ਹਾ ਜਗ੍ਹਾ ਚੌਂਕਾਂ 'ਤੇ ਇੱਕ ਦਿਨ ਪਹਿਲਾਂ, ਅਤੇ ਫਿਰ ਉਹ ਹਵਾ ਨਾਲ ਉੱਟ ਕੇ ਉਹ ਸੜਕਾਂ ਦੇ ਵਿੱਚ ਡਿੱਗੇ, ਮੇਰਾ ਖਿਆਲ ਝੰਡੇ 'ਤੇ ਫੋਟੋ ਸਾਡੇ ਗੁਰੂ ਰਾਮ ਭਗਵਾਨ ਜੀ ਦੀ ਹੋਣੀ ਨਹੀਂ ਚਾਹੀਦੀ, ਪਰ ਲੇਕਿਨ ਉਹ ਝੰਡਾ ਜਾਣ ਬੁੱਝ ਕੇ ਚੌਂਕਾਂ 'ਚ, ਚੁਰਾਹਿਆਂ 'ਚ, ਮੋੜਾਂ 'ਤੇ, ਗਰਿੱਲਾਂ 'ਤੇ ਬੰਨ੍ਹ ਦਿੱਤੇ ਗਏ, ਤਾਂ ਜੋ ਕਿ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਸੀ।